ਪੁਰਾਣੇ ਵਕਤਾਂ ਦੀ ਗੱਲ ਹੈ। ਕਿਸੇ ਗ੍ਰਾਮ ਵਿੱਚ ਬਾਬੂ ਨਾਂ ਦਾ ਇੱਕ ਰੰਗਸਾਜ਼ ਰਹਿੰਦਾ ਆ। ਉਹ ਬੜਾ ਗਰੀਬ ਤੇ ਬਹੁਤ ਹੀ ਇਮਾਨਦਾਰ ਆ। ਆਪਣੀ ਰੋਜ਼ੀ ਰੋਟੀ ਦੇ ਖਾਤਰ ਉਹ ਲੋਕਾਂ ਦੇ ਘਰ ਜਾ ਕੇ ਰੰਗ ਤੇ ਰੋਗਨ ਕਰਦਾ ਰਹਿੰਦਾ। ਉਸਦੀ ਕਮਾਈ ਬੜੀ ਥੋੜੀ ਹੈ ਤੇ ਉਸਦਾ ਬੜੀ ਮੁਸ਼ਕਲਾਂ ਦੇ ਨਾਲ ਗੁਜ਼ਾਰਾ ਹੁੰਦਾ। ਪੂਰਾ ਦਿਨ ਮਿਹਨਤ ਮੁਸ਼ਕਤ ਕਰਨ ਦੇ ਬਾਵਜੂਦ ਵੀ ਉਹ ਖਾਲੀ ਦੋ ਵਕਤ ਦੀ ਰੋਟੀ ਹੀ ਕਮਾਉਂਦਾ। ਉਹ ਹਮੇਸ਼ਾ ਚਾਹੁੰਦਾ ਆ ਕਿ ਉਸਨੂੰ ਕੋਈ ਵੱਡਾ ਕੰਮ ਮਿਲੇ ਜਿਸ ਦੀ ਉਹਨੂੰ ਅੱਛੀ ਕਮਾਈ ਮਿਲੇ। ਉਹ ਨਿੱਕੇ ਨਿੱਕੇ ਕੰਮ ਵੀ ਬੜੀ ਮਿਹਨਤ ਤੇ ਲਗਨ ਦੇ ਨਾਲ ਕਰਦਾ ਆ। ਇੱਕ ਦਿਨ ਉਸਨੂੰ ਗ੍ਰਾਮ ਦੇ ਜ਼ਿਮੀਦਾਰ ਨੇ ਬੁਲਾਇਆ ਤੇ ਕਹਿਣ ਲੱਗਾ, ਸੁਣ ਬਾਬੂ, ਮੈਨੇ ਤੈਨੂੰ ਇੱਥੇ ਇੱਕ ਬੜੇ ਖਾਸ ਕੰਮ ਵਾਸਤੇ ਬੁਲਾਇਆ ਵੇ, ਕਿ ਤੂੰ ਕੰਮ ਕਰ ਸੈ? ਜੀ ਸਰਕਾਰ, ਜ਼ਰੂਰ ਕਰ ਸਾਂ, ਤੁਸੀਂ ਹੁਕਮ ਕਰੋ। ਮੈਂ ਚਾਹੁੰਦਾ ਵਾਂ ਕਿ ਤੂੰ ਮੇਰੀ ਕਿਸ਼ਤੀ ਨੂੰ ਰੰਗ ਕਰੇ। ਬੜੇ ਮਨੂੰ ਇਹ ਕੰਮ ਅੱਜ ਹਰ ਸੂਰਤ ਵਿੱਚ ਮੁਕੰਮਲ ਚਾਹੀਦਾ ਹੈ। ਜੋ ਹੁਕਮ ਸਰਕਾਰ, ਮੈਂ ਇਹ ਕੰਮ ਅੱਜ ਮੁਕੰਮਲ ਕਰ ਲੈ ਸਾਂ। ਬਾਬੂ ਕੰਮ ਮਿਲਨੇ ਤੇ ਬੜਾ ਖੁਸ਼ ਹੋਇਆ। ਜ਼ਿਮੀਦਾਰ ਉਸਨੂੰ ਕਿਸ਼ਤੀ ਦਿਖਾਣੇ ਆਪਣੇ ਨਾਲ ਦਰਿਆ ਦੇ ਕਿਨਾਰੇ ਲੈ ਗਿਆ। ਓ ਯਾਰ, ਇਹ ਤੇ ਪਤਾ ਕਿਸ਼ਤੀ ਰੰਗਣੇ ਦੇ ਕਿੰਨੇ ਪੈਸੇ ਲੈ ਸੇ? ਜਨਾਬ, ਇਸ ਸਾਰੇ ਕੰਮ ਦੇ 2000 ਬਣ ਦੇਣ, ਬਾਕੀ ਜੋ ਤੁਹਾਨੂੰ ਮੁਨਾਸਿਬ ਲੱਗੇ ਦੇ ਦੇਣਾ। ਠੀਕ ਹੈ, ਤੁਹਾਨੂੰ 2000 ਮਿਲ ਜਾਸੂ, ਮਗਰ ਕੰਮ ਜ਼ਬਰਦਸਤ ਹੋਣਾ ਚਾਹੀਦਾ। ਜੀ ਸਰਕਾਰ, ਤੁਸੀਂ ਫਿਕਰ ਨਾ ਕਰੋ, ਕੰਮ ਤੁਹਾਨੂੰ ਸਾਫ਼ ਸੁਥਰਾ ਮਿਲ ਸੀ। ਇਹ ਕਹਿ ਕੇ ਰੰਗਸਾ ਜ਼ਿਮੀਦਾਰ ਸੀ ਇਜਾਜ਼ਤ ਲੈ ਕੇ ਚਲਾ ਜਾਂਦਾ ਤੇ ਆਪਣਾ ਸਮਾਨ ਲੈ ਕੇ ਆਉਂਦਾ ਵੇ। ਉਹ ਇਹਨਾਂ ਰੰਗ ਸ਼ੁਰੂ ਕਰਨ ਲੱਗਾ ਕਿ ਉਸਨੂੰ ਕਿਸ਼ਤੀ ਵਿੱਚ ਇੱਕ ਸੁਰਾਖ ਨਜ਼ਰ ਆਈ। ਉਹ ਕਹਿਣ ਲੱਗਾ, ਉਹ ਯਾਰ, ਕਿਸ਼ਤੀ ਵਿੱਚ ਤੇ ਸੁਰਾਖ ਏ, ਅਗਰ ਇਸਨੂੰ ਇਸੇ ਤਰ੍ਹਾਂ ਛੋੜ ਛੁੜਾ ਤੇ ਕਿਸ਼ਤੀ ਤੇ ਡੁੱਬ ਜਾਸੀ। ਚੱਲ, ਮੈਂ ਇਸ ਸੁਰਾਖ ਨੂੰ ਬੰਦ ਕਰ ਦੇਣਾ ਵਾ। ਇਸ ਤਰ੍ਹਾਂ ਉਹ ਕਿਸ਼ਤੀ ਦੀ ਸੁਰਾਖ ਸਹੀ ਕਰ ਲੈਂਦਾ ਤੇ ਉਸਨੂੰ ਰੰਗ ਕਰਕੇ ਜ਼ਿਮੀਦਾਰ ਦੇ ਕੋਲ ਜਾਂਦਾ ਵੇ ਤੇ ਕਹਿੰਦਾ ਵੇ, ਸਰਕਾਰ, ਕਿਸ਼ਤੀ ਦਾ ਕੰਮ ਪੂਰਾ ਹੋ ਗਿਆ ਵੇ, ਤੁਸੀਂ ਮੇਰੇ ਨਾਲ ਜਾ ਕੇ ਦੇਖ ਲਓ। ਅੱਛਾ, ਚੱਲ ਕੇ ਜਾਈਆਂ। ਤੇ ਉਹ ਦੋਵਾਂ ਚੱਲਦੇ ਚੱਲਦੇ ਦਰਿਆ ਦੇ ਕਿਨਾਰੇ ਪਹੁੰਚ ਜਾਂਦੇ। ਕਿਸ਼ਤੀ ਦੇਖਦੇ ਹੀ ਜ਼ਿਮੀਦਾਰ ਬੋਲਾ, ਵਾਹ ਯਾਰ ਬਾਬੂ, ਤੈਨੇ ਤੇ ਕਮਾਲ ਕਰ ਛੋੜਾ ਵੇ, ਕੱਲ ਸ਼ਾਮ ਆ ਕੇ ਆਪਣੇ ਪੈਸੇ ਲੈ ਜਾਵੀ। ਜੀ ਸਰਕਾਰ। ਤੇ ਬਾਅਦ ਦੋਵਾਂ ਆਪਣੇ ਆਪਣੇ ਘਰ ਰਵਾਨਾ ਹੋ ਜਾਂਦੇ। ਅਗਲੇ ਦਿਨ ਸਵੇਲੇ ਜ਼ਿਮੀਦਾਰ ਦੇ ਘਰ ਵਾਲੇ ਉਸੇ ਕਿਸ਼ਤੀ ਵਿੱਚ ਦਰਿਆ ਦੀ ਸੈਰ ਕਰਨੇ ਚਲੇ ਜਾਂਦੇ। ਦੁਪਹਿਰ ਦੇ ਟਾਈਮ ਜ਼ਿਮੀਦਾਰ ਦਾ ਨੌਕਰ, ਜਿਸਦਾ ਨਾਂ ਰਾਮੂ ਆਇਆ, ਛੁੱਟੀ ਸੀ ਵਾਪਸ ਆਉਂਦਾ ਵੇ, ਜਿਹੜਾ ਉਸਦੇ ਘਰ ਦੇ ਨਾਲ ਉਸਦੀ ਕਿਸ਼ਤੀ ਦਾ ਵੀ ਖਿਆਲ ਕਰਦਾ। ਕਾਰ ਵਾਲੇ ਨੂੰ ਢੂੰਡਦੇ ਹੋਏ ਰਾਮੂ ਜ਼ਿਮੀਦਾਰ ਕੋਲੋਂ ਪੁੱਛਦਾ, ਹਜ਼ੂਰ, ਕਾਰ ਵਾਲੇ ਭੀ ਨਜ਼ਰ ਨਹੀਂ ਆਉਂਦੇ, ਕਿੱਥੇ ਗਏ ਹੋਣ? ਜ਼ਿਮੀਦਾਰ ਉਸਨੂੰ ਸਾਰੀ ਗੱਲਾਂ ਬਤਾਉਂਦਾ ਵੇ। ਗੱਲ ਸੁਣਦੇ ਹੀ ਰਾਮੂ ਨੂੰ ਤਰ ਪਸੀਰੇ ਲੱਗ ਜਾਂਦੇ। ਓਏ ਰਾਮੂ, ਕੀ ਹੋਇਆ ਵੀ, ਤੂੰ ਪਰੇਸ਼ਾਨ ਕਿਉਂ ਹੋ ਗਿਆ ਹੈ? ਹਜ਼ੂਰ, ਉਸ ਕਿਸ਼ਤੀ ਵਿੱਚ ਤੇ ਸੁਰਾਖ ਆਇਆ। ਰਾਮੂ ਦੀ ਗੱਲ ਸੁਣ ਕੇ ਜ਼ਿਮੀਦਾਰ ਵੀ ਪਰੇਸ਼ਾਨ ਹੋ ਗਿਆ। ਉਹ ਇਸੀ ਪਰੇਸ਼ਾਨੀ ਵਿੱਚ ਬੈਠੇ ਆਏ ਕਿ ਜ਼ਿਮੀਦਾਰ ਦੇ ਘਰ ਵਾਲੇ ਵਾਪਸ ਪਏ ਆਉਂਦੇ ਆ। ਉਹਨਾਂ ਨੂੰ ਸਹੀ ਸਲਾਮਤ ਦੇਖ ਕੇ ਜ਼ਿਮੀਦਾਰ ਦੀ ਜਾਨ ਵਿੱਚ ਜਾਨ ਆਈ। ਉਸਨੇ ਸੁੱਖ ਦਾ ਸਾਹ ਲਿਆ। ਸ਼ਾਮ ਨੂੰ ਬਾਬੂ ਜ਼ਿਮੀਦਾਰ ਦੇ ਘਰ ਆਇਆ ਤੇ ਜ਼ਿਮੀਦਾਰ ਨੇ ਉਸਨੂੰ ਕਿਹਾ, ਲੈ ਬਾਬੂ, ਤੇਰੇ ਦਿਹਾੜੀ ਦੇ ਪੈਸੇ, ਤੈਨੇ ਬੜਾ ਅੱਛਾ ਕੰਮ ਕੀਤਾ ਵੇ, ਤੇ ਮੈਂ ਤੇਰੇ ਕੰਮ ਸੀ ਬੜਾ ਖੁਸ਼ ਹੋਇਆ ਵਾਂ। ਬਾਬੂ ਪੈਸੇ ਗਿਣਦਾ ਤੇ ਬੜਾ ਹੈਰਾਨ ਹੋ ਜਾਂਦਾ ਵੇ। ਉਸਨੇ ਜ਼ਿਮੀਦਾਰ ਸੀ ਕਿਹਾ, ਸਰਕਾਰ, ਤੁਹਾਨੇ ਮੈਨੂੰ ਗਲਤੀ ਨਾਲ ਪੈਸੇ ਜ਼ਿਆਦਾ ਦੇ ਛੋੜੇ। ਨਾ ਬਾਬੂ, ਇਹ ਤੇਰੀ ਮਿਹਨਤ ਦੇ ਹੀ ਪੈਸੇ ਹੋਣ। ਬੜੇ ਹਜ਼ੂਰ, ਸਾਡੇ ਦਰਮਿਆਨ ਤੇ ਗੱਲ 2000 ਦੀ ਹੋਈ ਹੈ, ਇਹ ਤੇ 10000 ਹੋਣ, ਤੇ ਵੱਧ ਇਹ ਮੇਰੇ ਕਿਸਾਂ ਹੋ ਸਕਦੇ? ਕਿਉਂਕਿ ਤੈਨੇ ਇੱਕ ਬਹੁਤ ਵੱਡਾ ਕੰਮ ਕੀਤਾ ਵੇ। ਕਿਹੜਾ ਕੰਮ ਸਰਕਾਰ? ਤੈਨੇ ਕਿਸ਼ਤੀ ਦੀ ਸੁਰਾਖ ਬੰਦ ਕੀਤੀ, ਜਿਸ ਦੇ ਬਾਰੇ ਮੈਨੂੰ ਪਤਾ ਹੀ ਨਹੀਂ ਆਇਆ। ਤੂੰ ਚਾਹੁੰਦਾ ਤੇ ਉਸਨੂੰ ਉਸੀ ਤਰ੍ਹਾਂ ਛੋੜ ਦਿੰਦਾ, ਜਾਂ ਵੱਧ ਉਸਨੂੰ ਪੜ੍ਹਨੇ ਵਾਸਤੇ ਮਜ਼ੀਦ ਪੈਸੇ ਵੀ ਮੰਗ ਸਕਦਾ ਹੈ। ਬੜੇ ਤੈਨੇ ਇਸ ਨਹੀਂ ਕੀਤਾ, ਇਸ ਦੀ ਵਜ੍ਹਾ ਨਾਲ ਮੇਰੇ ਘਰ ਵਾਲੇ ਸੈਰ ਕਰਕੇ ਖੈਰ ਖੈਰੀਅਤ ਨਾਲ ਵਾਪਸ ਆ ਗਏ। ਅਗਰ ਤੂੰ ਇਸ ਸੁਰਾਖ ਨੂੰ ਨਾ ਪੜਦਾ ਤੇ ਉਹਨਾਂ ਦੀ ਜ਼ਿੰਦਗੀ ਖਤਰੇ ਵਿੱਚ ਪੈ ਜਾਂਦੀ। ਇਸ ਵਾਸਤੇ ਇਹ ਤੇਰੀ ਮਿਹਨਤ ਤੇ ਇਮਾਨਦਾਰੀ ਦੇ ਪੈਸੇ ਹੋਣ।
ਬਰੇ ਸਰਕਾਰ ਇਤਨੇ ਪੈਸੇ ਤੇ ਵੱਧ ਵੀ ਨਹੀਂ ਬਣਦੇ। ਬਸ ਬਾਬੂ ਇਹ ਮੈਂ ਆਪਣੀ ਖੁਸ਼ੀ ਨਾਲ ਪਿਆ ਦੇਣਾ ਵਾਂ, ਇਹ ਆਪਣੇ ਕੋਲ ਰੱਖ। ਜ਼ਮੀਂਦਾਰ ਦੀ ਗੱਲਾਂ ਸੁਣ ਕੇ ਤੇ ਇਤਨੇ ਪੈਸੇ ਦੇਖ ਕੇ ਬਾਬੂ ਬੜਾ ਖੁਸ਼ ਹੋਇਆ ਤੇ ਕਹਿਣੇ ਲੱਗਾ, ਬੜੀ ਮਿਹਰਬਾਨੀ ਸਰਕਾਰ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਬਾਬੂ ਸ਼ੁਕਰੀਆ ਅਦਾ ਕਰਨੇ ਦੇ ਬਾਅਦ ਉਧਰੋਂ ਸੀ ਖੁਸ਼ੀ ਖੁਸ਼ੀ ਚਲਾ ਗਿਆ। ਦੇਖਾ ਬੱਚੋ, ਇਸ ਕਹਾਣੀ ਸੀ ਸਾਨੂੰ ਇਹ ਸਬਕ ਮਿਲਦਾ ਵੇ ਕਿ ਸਾਨੂੰ ਆਪਣਾ ਕੰਮ ਪੂਰੀ ਤਵੱਜਾ, ਮਿਹਨਤ, ਇਮਾਨਦਾਰੀ ਤੇ ਲਗਨ ਨਾਲ ਕਰਨਾ ਚਾਹੀਦਾ ਹੈ, ਕਿਉਂਕਿ ਮਿਹਨਤ ਕਦੀ ਰਾਏਗਾ ਨਹੀਂ ਜਾਂਦੀ।